ਅੱਜ ਕੱਲ ਤਾਂ ਆ ਇੱਕ ਵੀਡੀਓ ਨਹੀਂ ਆਈ ਹੋਈ, ਜਥੇਦਾਰ ਕਹਿੰਦਾ ਕਿ ਜੀ ਦਸਵੇਂ ਪਾਤਸ਼ਾਹ ਦੇ ਘਰ ਜੋ ਸਾਹਿਬਜ਼ਾਦੇ ਆਏ ਚਾਰ, ਉਹ ਵੀ ਆਮ ਨਹੀਂ ਸਨ, ਕਿਉਂਕਿ ਦਸਵੇਂ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਸਨ, ਜਿਨ੍ਹਾਂ ਦੇ ਹੁਕਮ ਅੰਦਰ ਬ੍ਰਹਮਾ ਵਿਸ਼ਨੂੰ ਮਹੇਸ਼ ਸਾਰੇ ਚੱਲਦੇ ਹਨ। ਅਕਾਲ ਪੁਰਖ ਦੀ ਖੁਸ਼ੀ ਪ੍ਰਸੰਨਤਾ ਪ੍ਰਾਪਤ ਕਰਨ ਵਾਸਤੇ ਕਹਿੰਦੇ ਚਾਰ ਸਾਹਿਬਜ਼ਾਦੇ, ਬਾਬਾ ਅਜੀਤ ਸਿੰਘ ਜੀ ਉਹ ਵਿਸ਼ਨੂੰ ਜੀ ਦਾ ਅਵਤਾਰ ਸਨ, ਜੁਝਾਰ ਸਿੰਘ ਜੀ ਉਹ ਮਹਾਦੇਵ ਦਾ ਅਵਤਾਰ ਸਨ ਸ਼ਿਵਜੀ ਦਾ, ਬਾਬਾ ਜ਼ੋਰਾਵਰ ਸਿੰਘ ਜੀ ਬ੍ਰਹਮਾ ਦਾ ਅਵਤਾਰ ਤੇ ਬਾਬਾ ਫਤਿਹ ਸਿੰਘ ਜੀ ਇੰਦਰ ਦਾ ਅਵਤਾਰ। ਕਿਉਂਕਿ ਸੰਸਾਰ ਦਾ ਸਾਰਾ ਪ੍ਰਬੰਧ ਹੈ ਬ੍ਰਹਿਮੰਡ ਦਾ, ਇਹਨੂੰ ਨਿਯਮ ਵਿੱਚ ਚਲਾਉਣਾ ਇਹ ਡਿਊਟੀ ਇੰਦਰ ਦੀ ਹੈ। ਜਿੱਥੇ ਉਹ ਰਾਜਾ ਹੈ ਸਵਰਗ ਦਾ, ਉੱਥੇ ਉਹਦੀ ਜ਼ਿੰਮੇਵਾਰੀ ਵੀ ਹੈ, ਡਿਊਟੀ ਵੀ ਹੈ। ਕਿਉਂ ਨਹੀਂ ਆਈ ਉਹ ਜਥੇਦਾਰ ਕਹਿੰਦਾ ਕਿ ਜੀ ਬਾਬਾ ਅਜੀਤ ਸਿੰਘ ਵਿਸ਼ਨੂੰ ਦਾ ਅਵਤਾਰ ਸੀ, ਹੱਦ ਹੋ ਗਈ, ਅਤੇ ਬਾਬਾ ਅਜੀਤ ਸਿੰਘ ਵਿਸ਼ਨੂੰ ਦਾ ਅਵਤਾਰ ਸੀ, ਬਾਬਾ ਜੁਝਾਰ ਸਿੰਘ ਵਰਮਾ ਦਾ ਅਵਤਾਰ ਸੀ, ਬਾਬਾ ਜ਼ੋਰਾਵਰ ਸਿੰਘ ਕਹਿੰਦੇ ਸ਼ਿਵਜੀ ਦਾ ਅਵਤਾਰ ਸੀ, ਤੇ ਬਾਬਾ ਫਤਿਹ ਸਿੰਘ ਕਹਿੰਦੇ ਇੰਦਰ ਦੇਵ ਜੀ ਦਾ ਅਵਤਾਰ ਸੀ। ਉਹ ਭੋਲਿਓ, ਜਿੱਦਣ ਅਗਲਿਆਂ ਨੇ ਕਲੇਮ ਕਰਤਾ ਨਾ, ਫਿਰ ਚੌੜੇ ਹੋ ਕੇ ਕਿੱਧਰ ਬਣੇ ਫਿਰਦੇ ਹੋਗੇ, ਤੇ ਸਾਡੇ ਵਾਲੇ ਆਏ ਸੀ ਉਹੀ ਕੁਰਬਾਨੀਆਂ ਕਰਕੇ, ਫਿਰ ਸਾਡੇ ਵਾਲੇ ਹੀ ਨੇ। ਅਰਥ ਸਤਨਾਮ ਨਾ, ਫਿਰ ਅਗਲੇ ਨੇ ਕਲੇਮ ਕੀਤਾ, ਫਿਰ ਮੇਰੀ ਗੱਲ ਲੱਗਦੀ ਤੇ ਨਾ, ਤੇ ਠਾ ਆਇਆ ਕਿ ਇੱਕ ਮਸਲਾ ਨਿਬੜਿਆ, ਮੈਂ ਦੂਜਾ ਹੋਰ ਛਿੜ ਜਾਣਾ, ਲੱਗਦੀ ਤੇ ਠਾ ਇਹਨਾਂ ਦੇ, ਪਰ ਝੂਠ ਕੀ ਇਹਦੇ ਵਿੱਚ ਵੀ ਤੁਸੀਂ ਆਪ ਹੀ ਕਹੀ ਜਾਂਦੇ ਹੋ। ਇਤਿਹਾਸ ਤੇ ਪੜ੍ਹ ਲਓ, ਕਿਧਰੇ ਅਹੱਲਿਆ ਦੇ ਘਰ ਜਾ ਵੜਨਾ, ਕਿਧਰੇ ਇੰਦਰ ਦਾ, ਉਹ ਸਾਰਾ ਪੜ੍ਹਿਆ ਨੀ ਇਤਿਹਾਸ ਲਈ। ਫਤਿਹ ਸਿੰਘ ਯਾਰ ਹੱਦ ਕਰਤੀ ਤੁਸੀਂ, ਫਤਿਹ ਸਿੰਘ ਅੱਗੇ ਇੰਦਰ ਦੇਵਤੇ ਦਾ ਅਵਤਾਰ ਸੀ, ਸ਼ਿਵਜੀ ਦਾ ਅਵਤਾਰ ਸੀ ਬਰਮੇ ਦਾ, ਉਹ ਭਾਈ ਆਪਣੇ ਸ਼ਿਵਜੀ ਨੂੰ ਮੰਨਣ, ਬਰਮਾ ਜੀ ਨੂੰ ਮੰਨਦੇ ਰਹਿਣ, ਵਿਸ਼ਨੂੰ ਨੂੰ ਮੰਨਦੇ ਰਹਿਣ, ਇੰਦਰ ਨੂੰ ਮੰਨਦੇ ਰਹਿਣ, ਮੁਬਾਰਕ ਹੈ ਜਿਹਨੂੰ ਮਰਜ਼ੀ ਮੰਨੀ ਜਾਣ। ਆਹ ਕੀ ਗੱਲ ਕਰਨ ਲੱਗ ਗਏ ਤੁਸੀਂ, ਕਿਹੜੇ ਮੂੰਹ ਨਾਲ ਕਹਿੰਦੇ ਹੋ ਸਿੱਖ ਵੱਖਰੀ ਕੌਮ ਹੈ, ਜਦੋਂ ਅਗਲਾ ਕਹਿੰਦਾ ਤੁਹਾਡੇ ਵੱਡੇ ਵੱਡੇ ਕੌਮ ਦੇ ਜਥੇਦਾਰ ਕਹਿੰਦੇ ਹੈ ਵੀ ਇਹ ਵਿਸ਼ਨੂੰ ਦਾ ਅਵਤਾਰ ਹੈ, ਆਹ ਬਰਮੇ ਦਾ ਅਵਤਾਰ ਹੈ, ਆ ਸ਼ਿਵਜੀ ਦਾ ਅਵਤਾਰ ਹੈ, ਫਤਿਹ ਸਿੰਘ ਸਾਡਾ ਇੰਦਰ ਦਾ ਅਵਤਾਰ ਹੈ, ਫਿਰ ਹਿੰਦੂ ਤੁਸੀਂ ਕਿਵੇਂ ਨਹੀਂ ਬਣੇ? ਤੁਹਾਡੇ ਸਾਹਿਬਜ਼ਾਦੇ ਜਦੋਂ ਹਿੰਦੂ ਨੇ ਤੇ ਤੁਸੀਂ ਕਿਵੇਂ ਸਿੱਖ ਹੋ ਗਏ? ਕੀ ਜਵਾਬ ਦਿਆਂਗੇ? ਅਗਲੇ ਨੇ ਤਾਂ ਸਾਡੇ ਕੋਲ ਰਿਕਾਰਡਿੰਗ ਰੱਖ ਦੇਣੀ ਹੈ, ਤੁਹਾਡੇ ਤੁਹਾਡੇ ਅਸੀਂ ਥੋੜਾ ਕਹਿੰਦੇ ਯਾਰ, ਤੁਸੀਂ ਕਹਿੰਦੇ ਹੋ, ਅਸੀਂ ਥੋੜਾ ਕਹਿੰਦੇ ਤੁਹਾਨੂੰ, ਤੁਸੀਂ ਆਪ ਬਣਦੇ ਹੋ ਹਿੰਦੂ ਤੇ ਅਸੀਂ ਹਾਂ, ਆਹ ਲਓ ਜੀ ਆਹ ਰਿਕਾਰਡਿੰਗ ਚੱਕੋ। ਕੀ ਜਵਾਬ ਦਿਓਗੇ ਦੱਸੋ? ਕਿਹਦੇ ਕੋਲ ਸ਼ਿਕਾਇਤ ਕਰੀਏ ਦੱਸੋ? ਹੁਣ ਕਿਹਦੇ ਕੋਲ ਸ਼ਿਕਾਇਤ ਕਰੀਏ? ਕਮਲਾ ਹੋਵੇ ਇੱਕ ਸਮਝਾਵੇ ਵਿਹੜਾ, ਜੇ ਕਮਲਾ ਹੀ ਹੋ ਜਾਵੇ ਵਿਹੜਾ ਸਮਝਾਵੇ ਕਿਹੜਾ, ਦੱਸੇ ਕੌਣ ਬਈ? ਕੌਣ ਬਾਹਰ ਤੋਂ ਫੜ ਕੇ ਪੁੱਛੇਗਾ ਜੀ? ਸਾਡੇ ਵਰਗਿਆਂ ਦੇ ਤਾਂ ਬੰਦਾ ਫੜ ਚਾੜੇ ਆਉਂਦਾ, ਸਾਡੇ ਵਰਗਿਆਂ ਨੂੰ ਜੇ ਫੜ ਸੱਦ ਲਓ ਜੀ ਅਕਾਲ ਤਖ਼ਤ ਤੇ, ਐ ਕਰਤਾ ਜੀ ਆਹ ਕਰਤਾ ਜੀ, ਹੁਣ ਇਹ ਕੌਣ ਪੁੱਛੇਗਾ? ਕੋਈ ਜੰਮਿਆ ਪੁੱਛਣ ਵਾਲਾ ਇਹਨਾਂ ਨੂੰ? ਕੌਣ ਸਵਾਲ ਪੁੱਛੂਏ? ਕਿਹਦਾ ਪੁੱਛੇਗਾ?
ਕਿਹੜਾ ਵਿਖੇ ਪਾਈ। ਇਸ ਕਰਕੇ ਇਹਨਾਂ ਗੱਲਾਂ ਨੂੰ ਸਮਝੀਏ ਆਪਾਂ, ਥੋੜੇ ਜਿਹੇ ਆਪ ਹੀ ਕਾਇਮ ਹੋ ਜਾਈਏ, ਸਿਆਣੇ ਜੇ ਬਣ ਜਾਈਏ ਆਪ, ਸਾਰੇ ਹੀ ਇੰਨੇ ਸਿਆਣੇ ਅਵੇਅਰ ਹੋ ਜਾਈਏ। ਹਾਂ, ਇੰਨਾ ਕਸੂਬਰ ਤੇ ਹੋ ਗਿਆ, ਪਹਿਲਾਂ ਕਈ ਕੁਝ ਕਰਦੇ ਸੀ ਪਤਾ ਨਹੀਂ ਸੀ ਲੱਗਦਾ, ਹੁਣ ਸੱਚ ਦਾ ਪਤਾ ਲੱਗ ਜਾਂਦਾ ਵੀ ਯਾਰ ਸੱਚਾ ਤੇ ਝੂਠਾ ਹੁਣ ਪਤਾ ਲੱਗਣ ਲੱਗ ਗਿਆ, ਮਾੜਾ ਮਾੜਾ ਸਮਝ ਲੱਗਦੀ ਪੈਣ। ਹੁਣ ਆਹ ਸੋਸ਼ਲ ਮੀਡੀਆ ਆ ਗਿਆ, ਇਕੱਲੇ ਇਕੱਲੇ ਬੰਦੇ ਨੂੰ ਪਤਾ ਲੱਗ ਜਾਂਦਾ ਵੀ ਕਰਤੂਤ ਕਿਹੜਾ ਕੀ ਕਰਦਾ, ਕਿਹੜਾ ਕੀ ਕਰਦਾ, ਸੱਚ ਕੀ ਹੈ ਤੇ ਝੂਠ ਕੀ ਹੈ। ਵੀ ਸ਼ੁਕਰ ਹੈ, ਇਹ ਤਾਂ ਸਾਡੀਆਂ ਅੱਖਾਂ 'ਚ ਘੱਟਾ ਪਾਈ ਤੁਰੇ ਜਾਣਾ ਸੀ ਇਹਨਾਂ ਨੇ, ਆਪਾਂ ਨੂੰ ਕਮਲਿਆਂ ਨੂੰ ਕੱਖ ਨਹੀਂ ਸੀ ਪਤਾ ਲੱਗਣਾ, ਅੱਗੇ ਵੀ ਕਈ ਰੋੜ ਦਿੱਤੇ ਇਹਨਾਂ ਨੇ, ਨਾ ਪੀੜੀਆਂ ਵੀ ਰੁੜਦੀਆਂ ਜਾਣੀਆਂ ਸੀ, ਨਿਆਣੇ ਵੀ ਇਹਨਾਂ ਨੇ ਇਸੇ ਗੰਦ ਵਿੱਚ ਹੀ ਘੜੀਸ ਕੇ ਲੈ ਜਾਣੇ ਸੀ। ਤੇ ਸ਼ੁਕਰ ਕਰੋ ਹੁਣ ਪਤਾ ਜਿਹਾ ਲੱਗਣ ਲੱਗ ਗਿਆ, ਬੰਦਾ ਆਪਣਾ ਬਚਾਅ ਕਰ ਸਕਦਾ, ਆਪੋ ਸਤ ਹਾਂ ਬਚਾਅ ਕਰ ਸਕਦਾ, ਸ਼ੁਕਰ ਕਰੋ ਬਚਾਅ ਹੋ ਸਕਦਾ ਮਾੜਾ ਮੋਟਾ।